ਸਾਰਿਆਂ ਸਤਿ ਸ਼੍ਰੀ ਅਕਾਲ ਤੀਆਂ ਦੇ ਇੰਜਨ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਮਰ ਦਰਦ ਜਾਂ ਲੱਕ ਪੀੜ ਦੀ ਲੱਕ ਪੀੜ ਦੇ ਲੱਛਣ ਕੀ ਹੁੰਦੇ ਹਨ ਇਹ ਕਿੰਨਾ ਨੂੰ ਹੋ ਸਕਦੀ ਹੈ ਅਤੇ ਕਿਹੜੇ ਕੁਦਰਤੀ ਤਰੀਕਿਆਂ ਦੇ ਨਾਲ ਤੁਸੀਂ ਇਹਦਾ ਇਲਾਜ ਕਰ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਤਾਂ ਚਲੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲੱਕ ਪੀੜ ਜਾਂ ਕਮਰ ਦਰਦ ਬਾਰੇ ਕੁਝ ਫੈਕਟਸ ਦੀ ਪਹਿਲੀ ਗੱਲ ਤਾਂ ਇਹ ਕਿ ਇਹ ਜੈਂਡਰ ਭੇਦਭਾਵ ਨਹੀਂ ਕਰਦੀ ਸੋ ਇਹ ਔਰਤਾਂ ਤੇ ਮਰਦਾਂ ਦੋਵਾਂ ਨੂੰ ਹੋ ਸਕਦੀ ਹੈ ਦੂਸਰੀ ਗੱਲ ਜੇ ਤੁਹਾਡਾ ਭਾਰ ਜ਼ਿਆਦਾ ਹੈ ਇਹ ਤੁਹਾਨੂੰ ਹੋ ਸਕਦੀ ਹੈ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਤਾਂ ਵੀ ਤੁਹਾਨੂੰ ਹੋ ਸਕਦੀ ਹੈ ਇਹ ਥਕਾਵਟ ਕਰਕੇ ਵੀ ਹੋ ਸਕਦੀ ਹੈ ਜਾਂ ਕਿਸੇ ਪੁਰਾਣੀ ਬਿਮਾਰੀ ਕਿਸੇ ਸੱਟ ਕਰਕੇ ਵੀ ਹੋ ਸਕਦੀ ਹੈ ਜਿਹਦਾ ਮਤਲਬ ਇਹ ਕਿ ਇਹ ਕੁਝ ਚਿਰ ਲਈ ਵੀ ਹੋ ਸਕਦੀ ਹੈ ਜਾਂ ਇੱਕ ਲੰਬੀ ਬਿਮਾਰੀ ਵੀ ਹੋ ਸਕਦੀ ਹੈ ਕਈ ਵਾਰੀ ਹੁੰਦਾ ਹੈ ਕਿ ਜਿਹੜੀ ਸ਼ਾਇਟਿਕ ਨਰਵ ਹੈ ਉਹਦੇ ਉੱਤੇ ਕੋਈ ਪ੍ਰੋਬਲਮ ਉਹਦੇ ਵਿੱਚ ਪ੍ਰੋਬਲਮ ਆਉਣ ਨਾਲ ਜਾਂ ਤੁਹਾਡੇ ਸਪਾਈਨ ਦੇ ਕਿਸੇ ਮਣਕੇ ਦੇ ਹਿੱਲਣ ਨਾਲ ਵੀ ਕਮਰ ਦਰਦ ਹੋ ਸਕਦੀ ਹੈ ਸੋ ਇਸ ਕਰਕੇ ਤੁਹਾਨੂੰ ਸਭ ਤੋਂ ਪਹਿਲਾਂ ਕਲੀਅਰ ਹੋਣਾ ਚਾਹੀਦਾ ਹੈ ਕਿ ਤੁਹਾਡੀ ਕਮਰ ਦਰਦ ਦਾ ਕਾਰਨ ਕੀ ਹੈ ਹੁਣ ਗੱਲ ਕਰਦੇ ਹਾਂ ਕਮਰ ਦਰਦ ਦੇ ਲੱਛਣਾਂ ਦੀ ਹੁਣ ਇਹਦੇ ਵਿੱਚ ਸੋਚਣ ਵਾਲੀ ਗੱਲ ਹੈ ਕਿ ਲੱਕ ਵਿੱਚ ਪੀੜ ਹੋ ਰਹੀ ਹੈ ਤੇ ਇਹਦੇ ਵਿੱਚ ਹੋਰ ਲੱਛਣ ਕੀ ਚਾਹੀਦੇ ਹਨ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਕਮਰ ਦਰਦ ਜਿਹੜੀ ਹੈ ਇਹ ਥੋੜੇ ਟਾਈਮ ਲਈ ਵੀ ਹੋ ਸਕਦੀ ਹੈ ਤੇ ਲੰਬੀ ਵੀ ਹੋ ਸਕਦੀ ਹੈ ਕਈ ਵਾਰੀ ਇਦਾਂ ਹੁੰਦਾ ਕਿ ਤੁਸੀਂ ਜ਼ਿਆਦਾ ਕੰਮ ਕੀਤਾ ਜਾਂ ਤੁਹਾਡਾ ਰਾਤ ਨੂੰ ਪੋਸਚਰ ਸਹੀ ਨਹੀਂ ਸੀ ਜਾਂ ਤੁਸੀਂ ਸਹੀ ਤਰ੍ਹਾਂ ਦੇ ਬੈੱਡ ਤੇ ਨਹੀਂ ਸੁੱਤੇ ਜਾਂ ਤੁਹਾਨੂੰ ਹੋਰ ਥੋੜੀ ਕੋਈ ਪ੍ਰੋਬਲਮ ਆਈ ਜਿਹੜੀ ਕਿ ਥੋੜੇ ਚਿਰ ਲਈ ਸੀ ਉਹਦੇ ਕਰਕੇ ਥਕਾਵਟ ਨਾਲ ਜਾਂ ਉਦਾਂ ਦੀ ਕਿਸੇ ਪ੍ਰੋਬਲਮ ਨਾਲ ਤੁਹਾਡੇ ਕਮਰ ਵਿੱਚ ਦਰਦ ਹੋਣ ਲੱਗ ਪਈ ਸੋ ਇਹਨੂੰ ਆਪਾਂ ਇੱਕ ਲੱਛਣ ਕਮਰ ਦਰਦ ਦਾ ਨਹੀਂ ਮੰਨਾਂਗੇ ਇਹ ਤੁਹਾਡੀ ਥਕਾਵਟ ਕਰਕੇ ਤੁਹਾਡੀ ਬੋਡੀ ਆਕੜ ਗਈ ਸੀ ਜਿਹਦੇ ਕਰਕੇ ਕਮਰ ਵਿੱਚ ਦਰਦ ਹੋਣ ਲੱਗ ਪਈ ਸੀ ਅਸਲ ਵਿੱਚ ਜਿਹੜਾ ਲੱਛਣ ਹੁੰਦਾ ਹੈ ਕਮਰ ਦਰਦ ਦਾ ਉਹਦੇ ਵਿੱਚ ਕਮਰ ਤੋਂ ਲੈ ਕੇ ਤੁਹਾਡੇ ਪੱਟਾਂ ਤੱਕ ਇੱਕ ਬਹੁਤ ਹੀ ਤਿੱਖੀ ਜਿਹੜੀਆਂ ਦਰਦ ਜਾਂਦੀ ਹੈ ਤੇ ਕਈ ਵਾਰੀ ਤੁਹਾਡੇ ਗਿੱਟਿਆਂ ਤੱਕ ਵੀ ਪਹੁੰਚ ਜਾਂਦੀ ਹੈ ਜ਼ਿਆਦਾਤਰ ਇਹ ਜਿਹੜੀ ਦਰਦ ਹੁੰਦੀ ਹੈ ਇਹ ਸ਼ਾਇਟਿਕ ਨਰਵ ਕਰਕੇ ਹੁੰਦੀ ਹੈ ਇਸ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਮਰ ਦੇ ਥੱਲੇ ਵਾਲੇ ਹਿੱਸੇ ਵਿੱਚ ਤੁਹਾਨੂੰ ਅਕੜਾ ਮਹਿਸੂਸ ਹੋ ਰਿਹਾ ਹੈ ਇਹ ਵੀ ਲੱਕ ਪੀੜ ਹੈ ਜੇ ਤੁਹਾਨੂੰ ਰਾਤ ਨੂੰ ਸੌਣ ਦੇ ਸਮੇਂ ਜਾਂ ਸਵੇਰੇ ਉੱਠਣ ਦੇ ਸਮੇਂ ਕਮਰ ਦਰਦ ਹੋ ਰਹੀ ਹੈ ਤਾਂ ਇਹ ਵੀ ਲੱਕ ਪੀੜ ਦੇ ਕ੍ਰੋਨਿਕ ਹੋਣ ਦਾ ਲੰਬੀ ਬਿਮਾਰੀ ਹੋਣ ਦਾ ਇੱਕ ਲੱਛਣ ਹੋ ਸਕਦਾ ਹੈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਲੰਮੇ ਚਿਰ ਖਲੋ ਕੇ ਕੰਮ ਨਹੀਂ ਕਰ ਪਾ ਰਹੇ ਹੋ ਤਾਂ ਹੋ ਸਕਦਾ ਹੈ ਤੁਹਾਨੂੰ ਲੱਕ ਪੀੜ ਦਾ ਇਲਾਜ ਕਰਾਉਣ ਦੀ ਲੋੜ ਹੋਵੇ ਤਾਂ ਹੁਣ ਜਦੋਂ ਆਪਾਂ ਇਹ ਪਤਾ ਕਰ ਲਿਆ ਕਿ ਲੱਕ ਪੀੜ ਕੀ ਹੁੰਦੀ ਹੈ ਦੇ ਲੱਛਣ ਕੀ ਹੁੰਦੇ ਹਨ ਹੁਣ ਗੱਲ ਕਰਦੇ ਹਾਂ ਇਹਨੂੰ ਠੀਕ ਕਰਨ ਦੇ ਤਰੀਕਿਆਂ ਬਾਰੇ ਇਹਦੇ ਇਲਾਜ ਬਾਰੇ ਤੁਹਾਨੂੰ ਬਹੁਤ ਸਾਰੇ ਮੈਡੀਸਿਨਸ ਮਿਲਦੀਆਂ ਹਨ ਬਹੁਤ ਸਾਰੀਆਂ ਦਵਾਈਆਂ ਬਹੁਤ ਸਾਰੇ ਤੁਹਾਨੂੰ ਦਾ ਇਹ ਗੋਲੀ ਖਾ ਲਓ ਇਹਦਾ ਕਮਰ ਦਰਦ ਠੀਕ ਹੋ ਜਾਂਦਾ ਹੈ ਅਸੀਂ ਆਮ ਤੌਰ ਤੇ ਕੋਈ ਵੀ ਪੇਨ ਕਿਲਰ ਲੈ ਲੈਂਦੇ ਹਾਂ ਪਰ ਸਾਡੇ ਆਮ ਜਿਹੜੇ ਰੋਜ਼ਮਰਰਾ ਦੇ ਜੀਵਨ ਵਿੱਚ ਅਸੀਂ ਕੁਝ ਆਸਾਨ ਜੀਆਂ ਐਕਸਰਸਾਈਜ਼ਸ ਕਰਕੇ ਕੁਝ ਆਸਾਨ ਜੇ ਤਰੀਕੇ ਵਰਤ ਕੇ ਕਮਰ ਦਰਦ ਤੋਂ ਨਿਜਾਤ ਪਾ ਸਕਦੇ ਹਾਂ ਤਾਂ ਵੇਖਦੇ ਹਾਂ ਸਭ ਤੋਂ ਪਹਿਲਾ ਤਰੀਕਾ ਕਿਹੜਾ ਹੈ ਕੁਦਰਤੀ ਤਰੀਕਿਆਂ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਲਿਸ਼ ਦੀ ਜਾਂ ਮਸਾਜ ਦੀ ਵੈਸੇ ਤਾਂ ਇਹ ਬੜੀ ਆਮ ਜੀ ਗੱਲ ਹੈ ਪਰ ਇਸ ਛੋਟੇ ਪਰ ਕਾਰਗਰ ਤਰੀਕੇ ਨੂੰ ਅਸੀਂ ਜ਼ਿਆਦਾਤਰ ਅੱਖੋ ਪਰੋਖੇ ਕਰ ਦਿੰਦੇ ਹਾਂ ਮਾਲਿਸ਼ ਸਾਡੇ ਲਈ ਬਹੁਤ ਚੰਗੀ ਹੈ ਤੇ ਬਹੁਤ ਜ਼ਰੂਰੀ ਵੀ ਹੁੰਦੀ ਹੈ ਸਾਡੇ ਸਰੀਰ ਵਿੱਚੋਂ ਸਟ੍ਰੈਸ ਨੂੰ ਬਾਹਰ ਕਰਦੀ ਹੈ ਟੈਨਸ਼ਨ ਰਿਲੀਜ਼ ਕਰਦੀ ਹੈ ਸਾਡੇ ਸਰੀਰ ਦੇ ਵਿੱਚ ਲਹੂ ਦਾ ਸੰਚਾਰ ਸਹੀ ਕਰਦੀ ਹੈ ਇਸ ਤੋਂ ਇਲਾਵਾ ਐਂਡੋਰਫਿਨਸ ਨੂੰ ਵੀ ਰਿਲੀਜ਼ ਕਰਦੀ ਹੈ ਐਂਡੋਰਫਿਨ ਸਾਡੇ ਸਰੀਰ ਤੇ ਕੁਦਰਤੀ ਪੇਨ ਰਿਲੀਵਰਸ ਹੁੰਦੇ ਹਨ ਜਿਨ੍ਹਾਂ ਨਾਲ ਸਾਨੂੰ ਫੀਲ ਗੁੱਡ ਵਰਗੀ ਫੀਲਿੰਗ ਆਉਂਦੀ ਹੈ ਪਰ ਮਾਲਿਸ਼ ਕਰਾਉਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਜੇ ਤਾਂ ਤੁਸੀਂ ਬਿਲਕੁਲ ਤੰਦਰੁਸਤ ਹੋ ਤੁਹਾਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈ ਤਾਂ ਤੁਸੀਂ 2 ਤੋਂ 4 ਹਫ਼ਤਿਆਂ ਦੇ ਵਿੱਚ ਜਾਂ ਸਮੇਂ-ਸਮੇਂ ਤੇ ਵੀ ਮਸਾਜ ਕਰਵਾ ਸਕਦੇ ਹੋ ਪਰ ਜੇ ਤੁਹਾਨੂੰ ਲੱਕ ਪੀੜ ਹੈ ਤੁਹਾਨੂੰ ਕਮਰ ਦਰਦ ਹੈ ਫਿਰ ਤੁਸੀਂ ਹਫ਼ਤੇ ਦੇ ਵਿੱਚ 1 ਤੋਂ ਲੈ ਕੇ 2 ਵਾਰੀ ਮਸਾਜ ਕਰਵਾ ਸਕਦੇ ਹੋ ਲੇਕਿਨ ਮਸਾਜ ਕਰਾਉਣ ਦੇ ਵੇਲੇ ਧਿਆਨ ਰੱਖੋ ਕਿ ਜਿਹੜਾ ਵੀ ਤੁਹਾਡਾ ਮਸਾਜ ਕਰ ਰਿਹਾ ਹੋਵੇ ਉਹ ਬਹੁਤੇ ਸਖਤ ਜਾਂ ਕਰੜੇ ਹੱਥਾਂ ਨਾਲ ਨਾ ਕਰੇ ਅਤੇ ਇਸ ਤੋਂ ਇਲਾਵਾ ਚੰਗੀ ਤਰ੍ਹਾਂ ਸਾਰੇ ਪੁਆਇੰਟਸ ਨੂੰ ਪੁੱਟੇ ਹੁਣ ਗੱਲ ਕਰਦੇ ਹਾਂ ਯੋਗਾ ਦੀ ਸਾਡੇ ਭਾਰਤ ਦੀ ਪੁਰਾਣੀ ਪ੍ਰਾਚੀਨ ਪੱਧਤੀ ਜਿਸ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਪਤਾ ਨਹੀਂ ਅਸੀਂ ਕਿਉਂ ਨਹੀਂ ਕਰ ਰਹੇ ਹਾਂ ਪਰ ਜੇ ਅਸੀਂ ਰੋਜ਼ ਯੋਗਾ ਕਰਦੇ ਹਾਂ ਤਾਂ ਅਸੀਂ ਲੱਕ ਪੀੜ ਤੋਂ ਆਪਣੇ ਆਪ ਹੀ ਨਿਜਾਤ ਪਾ ਲਵਾਂਗੇ ਜਾਂ ਮੈਂ ਜੇ ਇਹ ਆਖਾਂ ਕਿ ਸਾਨੂੰ ਲੱਕ ਪੀੜ ਹੋਵੇਗੀ ਨਹੀਂ ਤਾਂ ਇਹਦੇ ਵਿੱਚ ਕੋਈ ਅਦਕਤ ਨਹੀਂ ਹੋਵੇਗੀ ਲੱਕ ਪੀੜ ਦੇ ਲਈ ਤੁਸੀਂ ਬਹੁਤ ਸਾਰੇ ਆਸਨ ਕਰ ਸਕਦੇ ਹੋ ਜਿਹਦੇ ਵਿੱਚ ਕਿ ਭੁਜੰਗ ਆਸਨ ਅਧੋਮੁਖ ਸਵਾਨ ਆਸਨ ਵ੍ਰਿਕਸ਼ ਆਸਨ ਤੜ ਆਸਨ ਧਨੁਰ ਆਸਨ ਗਰੁੜ ਆਸਨ ਹਲ ਆਸਨ ਪਵਨ ਮੁਕਤ ਆਸਨ ਸੇਤੂ ਬੰਦ ਆਸਨ ਵੀਰਭਦਰ ਆਸਨ ਇਹਨਾਂ ਵਿੱਚੋਂ ਕੁਝ ਆਸਨਾਂ ਦੀ ਗੱਲ ਤਾਂ ਮੈਂ ਆਪਣੀ ਯੋਗਾ ਵਾਲੀ ਵੀਡੀਓ ਵਿੱਚ ਵੀ ਕੀਤੀ ਸੀ ਜੇ ਤੁਸੀਂ ਉਹ ਨਹੀਂ ਵੇਖੀ ਹੈ ਤਾਂ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗੀ ਇਹਨਾਂ ਆਸਨਾਂ ਨੂੰ ਕਰਨ ਦੇ ਵੇਲੇ ਧਿਆਨ ਦਿਵੋ ਕਿ ਤੁਸੀਂ ਇਹਨੂੰ ਹੌਲੀ ਹੌਲੀ ਕਰਨਾ ਹੈ ਤੇ ਹੌਲੀ ਹੌਲੀ ਇਸ ਆਸਨ ਵਿੱਚੋਂ ਬਾਹਰ ਵੀ ਆਉਣਾ ਹੈ ਜੇ ਤੁਸੀਂ ਪਹਿਲੀ ਵਾਰ ਕਰ ਰਹੇ ਹੋ ਤਾਂ ਜ਼ਿਆਦਾ ਜਾਂ ਇੱਕਦਮ ਸਹੀ ਸਟੀਕ ਆਸਨ ਕਰਨ ਦੀ ਕੋਸ਼ਿਸ਼ ਨਾ ਕਰੋ ਜਿੰਨਾ ਹੋ ਸਕ ਰਿਹਾ ਹੈ ਓਨਾ ਹੀ ਕਰੋ ਜੇ ਤੁਹਾਡੇ ਹੱਥ ਤੁਹਾਡੇ ਪੈਰਾਂ ਨੂੰ ਨਹੀਂ ਲੱਗ ਰਹੇ ਹਨ ਜਾਂ ਸਿਮਿਲਰਲੀ ਤੁਸੀਂ ਬਹੁਤਾ ਉੱਚਾ ਨਹੀਂ ਉੱਠ ਪਾ ਰਹੇ ਹੋ
ਤਾਂ ਉਨੀ ਕੋਸ਼ਿਸ਼ ਨਾ ਕਰੋ ਜਿੰਨਾ ਤੁਹਾਡਾ ਸਰੀਰ ਤੁਹਾਨੂੰ ਅਲਾਓ ਕਰ ਰਿਹਾ ਹੈ ਸਿਰਫ ਉਨਾ ਹੀ ਕਰੋ ਯੋਗਾ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਸਟ੍ਰੈਚਿੰਗ ਦੀ ਵੈਸੇ ਤਾਂ ਸਰੀਰ ਚੰਗੀ ਤਰ੍ਹਾਂ ਸਟ੍ਰੈਚ ਹੋ ਜਾਂਦਾ ਹੈ ਯੋਗਾ ਦੇ ਵਿੱਚ ਪਰ ਸਟ੍ਰੈਚਿੰਗ ਦੀਆਂ ਕੁਝ ਹੋਰ ਐਕਸਰਸਾਈਜ਼ਸ ਵੀ ਹੁੰਦੀਆਂ ਹਨ ਜਿਹੜੀਆਂ ਕਿ ਤੁਹਾਨੂੰ ਉਦੋਂ ਮਦਦ ਕਰਦੀਆਂ ਹਨ ਜਦੋਂ ਅਸਲ ਵਿੱਚ ਤੁਹਾਡੀ ਕਮਰ ਵਿੱਚ ਦਰਦ ਹੋ ਰਿਹਾ ਹੁੰਦਾ ਹੈ ਅਤੇ ਤੁਹਾਨੂੰ ਬਹੁਤ ਛੇਤੀ ਕਮਰ ਦਰਦ ਤੋਂ ਨਿਜਾਤ ਵੀ ਦਵਾਉਂਦੀਆਂ ਹਨ ਸਟ੍ਰੈਚਿੰਗ ਦੇ ਵੇਲੇ ਤੁਸੀਂ ਇੱਕ ਲੰਮੀ ਖੁੱਲੀ ਥਾਂ ਤੁਹਾਨੂੰ ਚਾਹੀਦੀ ਹੁੰਦੀ ਹੈ ਆਪਣੇ ਸਰੀਰ ਨੂੰ ਸਟ੍ਰੈਚ ਕਰਨ ਦੇ ਲਈ ਅਤੇ ਤੁਸੀਂ ਬਹੁਤ ਸਾਰੇ ਤਰ੍ਹਾਂ ਦੀਆਂ ਸਟ੍ਰੈਚਿੰਗ ਐਕਸਰਸਾਈਜ਼ਸ ਕਰ ਸਕਦੇ ਹੋ ਸਟ੍ਰੈਚਿੰਗ ਐਕਸਰਸਾਈਜ਼ ਤੁਸੀਂ 10 ਤੋਂ ਲੈ ਕੇ 30 ਸਕਿੰਟ ਜੇ ਤੁਹਾਡਾ ਸਰੀਰ ਅਲਾਓ ਕਰ ਰਿਹਾ ਹੈ ਤਾਂ ਤੁਸੀਂ ਘੱਟੋ ਘੱਟ 40 ਜਾਂ 50 ਸਕਿੰਟ ਤੱਕ ਵੀ ਸਟ੍ਰੈਚਿੰਗ ਐਕਸਰਸਾਈਜ਼ਸ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਐਕਸਰਸਾਈਜ਼ ਦੀ ਪਹਿਲਾਂ ਆਪਾਂ ਯੋਗਾ ਦੀ ਗੱਲ ਕੀਤੀ ਸਟ੍ਰੈਚਿੰਗ ਦੀ ਗੱਲ ਕੀਤੀ ਪਰ ਐਕਸਰਸਾਈਜ਼ ਅਲੱਗ ਤਰੀਕੇ ਦੀ ਤੁਹਾਡੀ ਬਾਡੀ ਦੀ ਸਟ੍ਰੈਚਿੰਗ ਹੁੰਦੀ ਹੈ ਇਹਦੇ ਵਿੱਚ ਤੁਸੀਂ ਕਾਰਡੀਓ ਕਰ ਸਕਦੇ ਹੋ ਜਾਂ ਐਰੋਬਿਕਸ ਕਰ ਸਕਦੇ ਹੋ ਜਾਂ ਸਟ੍ਰੈਂਥ ਟ੍ਰੇਨਿੰਗ ਕਰ ਸਕਦੇ ਹੋ ਇਹ ਸਾਰੀਆਂ ਹੀ ਤੁਹਾਡੇ ਲਈ ਚੰਗੀਆਂ ਹਨ ਜਾਂ ਤੁਸੀਂ ਇਹਨਾਂ ਦਾ ਮਿਕਸ ਕਰ ਸਕਦੇ ਹੋ ਪਰ ਜੇ ਤੁਹਾਨੂੰ ਕਮਰ ਦਰਦ ਹੈ ਤਾਂ ਤੁਸੀਂ ਘੱਟੋ ਘੱਟ ਵੇਟ ਟ੍ਰੇਨਿੰਗ ਤੋਂ ਥੋੜਾ ਜਿਹਾ ਥੋੜੇ ਦਿਨ ਤੱਕ ਆਪਣੇ ਆਪ ਨੂੰ ਰੋਕ ਲਵੋ ਜ਼ਿਆਦਾ ਵੇਟ ਨਾ ਚੁੱਕੋ ਕਿਉਂਕਿ ਹੋ ਸਕਦਾ ਤੁਹਾਡੀ ਕਮਰ ਦੀ ਦਰਦ ਵੱਧ ਜਾਵੇ ਜੇ ਤੁਸੀਂ ਵੇਟ ਟ੍ਰੇਨਿੰਗ ਕਰਦੇ ਹੋ ਤਾਂ ਕਮਰ ਦਰਦ ਦੇ ਵਿੱਚ ਕੁਝ ਐਕਸਰਸਾਈਜ਼ਸ ਤੁਹਾਡੀ ਬਹੁਤ ਮਦਦ ਕਰ ਸਕਦੀਆਂ ਹਨ ਜਿਵੇਂ ਕਿ ਪਿਲਾਟਿਸ ਹੋ ਗਿਆ ਪਲੈਂਕਸ ਹੋ ਗਏ ਕੈਟ ਐਂਡ ਕਾਓ ਵੀ ਅਪਸ ਹੋ ਗਏ ਸਵਿਮਰ ਹੋ ਗਿਆ ਰੋਜ਼ ਹੋ ਗਏ ਇੱਦਾਂ ਦੀਆਂ ਕੁਝ ਐਕਸਰਸਾਈਜ਼ਸ ਹੁੰਦੀਆਂ ਹਨ ਜਿਹੜੀਆਂ ਕਿ ਜੇ ਤੁਸੀਂ ਰੈਗੂਲਰਲੀ ਇਹਨਾਂ ਨੂੰ ਆਪਣੀ ਰੂਟੀਨ ਦਾ ਹਿੱਸਾ ਬਣਾਉਂਦੇ ਹੋ ਤਾਂ ਤੁਸੀਂ ਕਮਰ ਦਰਦ ਤੋਂ ਕਾਫੀ ਹੱਦ ਤੱਕ ਤੁਹਾਨੂੰ ਨਿਜਾਤ ਜਿਹੜੀ ਆ ਉਹ ਮਿਲ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਐਕਿਊਪ੍ਰੈਸ਼ਰ ਦੀ ਮੇਰੀ ਫੇਵਰੇਟ ਚੀਜ਼ ਜਦੋਂ ਵੀ ਤੁਹਾਨੂੰ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਐਕਿਊਪ੍ਰੈਸ਼ਰ ਤੁਹਾਡਾ ਬੈਸਟ ਫਰੈਂਡ ਹੈ ਸਪੈਸ਼ਲੀ ਉਦੋਂ ਜਦੋਂ ਤੁਹਾਡੇ ਕੋਲ ਯੋਗਾ ਦੇ ਲਈ ਟਾਈਮ ਨਹੀਂ ਹੈ ਜਾਂ ਥਾਂ ਨਹੀਂ ਹੈ ਜਾਂ ਮਾਹੌਲ ਨਹੀਂ ਹੈ ਜਾਂ ਤੁਸੀਂ ਸਟ੍ਰੈਚਿੰਗ ਨਹੀਂ ਕਰ ਸਕਦੇ ਜਾਂ ਤੁਹਾਡੇ ਕੋਲ ਮਸਾਜ ਦੇ ਲਈ ਵੀ ਸਿਮਿਲਰਲੀ ਕੋਈ ਮਸਾਜ ਕਰਨ ਵਾਲਾ ਨਹੀਂ ਹੈ ਤੁਹਾਡੇ ਕੋਲ ਟਾਈਮ ਜਾਂ ਥਾਂ ਨਹੀਂ ਹੈ ਸੋ ਐਕਿਊਪ੍ਰੈਸ਼ਰ ਤੁਹਾਡਾ ਬੈਸਟ ਫਰੈਂਡ ਹੈ ਭਾਵੇਂ ਤੁਸੀਂ ਘਰ ਵਿੱਚ ਹੋ ਭਾਵੇਂ ਤੁਸੀਂ ਆਫਿਸ ਵਿੱਚ ਹੋ ਭਾਵੇਂ ਤੁਸੀਂ ਟਰੈਵਲ ਕਰ ਰਹੇ ਹੋ ਤੁਸੀਂ ਜਿੱਥੇ ਕਿਤੇ ਵੀ ਹੋ ਉੱਥੇ ਤੁਸੀਂ ਐਕਿਊਪ੍ਰੈਸ਼ਰ ਕਰ ਸਕਦੇ ਹੋ ਐਕਿਊਪ੍ਰੈਸ਼ਰ ਤੁਹਾਡੇ ਕਮਰ ਦਰਦ ਵਿੱਚ ਵੀ ਤੁਹਾਡੀ ਸਹਾਇਤਾ ਕਰਦਾ ਹੈ ਹੱਥ ਦੇ ਪਿਛਲੇ ਪਾਸੇ ਤੁਹਾਡੀ ਪਹਿਲੀ ਉਂਗਲੀ ਅਤੇ ਅੰਗੂਠੇ ਦੇ ਵਿਚਕਾਰ ਜਿਹੜਾ ਪੁਆਇੰਟ ਹੁੰਦਾ ਹੈ ਇਹ ਲੱਕ ਪੀੜ ਦੇ ਲਈ ਬਹੁਤ ਕਾਰਗਰ ਹੁੰਦਾ ਹੈ ਇਹਦੇ ਨਾਲ ਨਾਲ ਜੇ ਤੁਸੀਂ ਅੰਗੂਠੇ ਵੱਲ ਨੂੰ ਕੁੱਟੋਗੇ ਤਾਂ ਇਹ ਤੁਹਾਡੇ ਕਮਰ ਦਰਦ ਵਿੱਚ ਬਹੁਤ ਹੈਲਪ ਕਰ ਸਕਦਾ ਹੈ ਇਸ ਤੋਂ ਇਲਾਵਾ ਇਸੇ ਤਰ੍ਹਾਂ ਹੀ ਤੁਹਾਡੇ ਪੈਰ ਵਿੱਚ ਪੁਆਇੰਟ ਹੁੰਦੇ ਹਨ ਅਤੇ ਇਸੇ ਤਰ੍ਹਾਂ ਹੀ ਤੁਹਾਡੇ ਹੱਥ ਦੇ ਅੰਦਰਲੇ ਪਾਸੇ ਵੀ ਪੁਆਇੰਟ ਹੁੰਦੇ ਹਨ ਪਰ ਜੇ ਪੀੜ ਸ਼ੈਟਿਕ ਨਰਵ ਕਰਕੇ ਹੋ ਰਹੀ ਹੈ ਤਾਂ ਤੁਹਾਨੂੰ ਇਹ ਪੁਆਇੰਟ ਹੱਥਾਂ ਤੇ ਪੈਰਾਂ ਦੀ ਬਜਾਏ ਤੁਹਾਡੇ ਗਿੱਟਿਆਂ ਤੇ ਮਿਲਣਗੇ ਇਹਨਾਂ ਪੁਆਇੰਟਸ ਉੱਤੇ ਤੁਹਾਨੂੰ ਸ਼ੁਰੂਆਤੀ ਤੌਰ ਤੇ ਜ਼ਿਆਦਾ ਪੀੜ ਵੀ ਮਹਿਸੂਸ ਹੋ ਸਕਦੀ ਹੈ ਡਿਪੈਂਡ ਕਰਦਾ ਹੈ ਕਿ ਤੁਹਾਡੀ ਕਮਰ ਦਰਦ ਦਾ ਲੈਵਲ ਕੀ ਹੈ ਸੋ ਜੇ ਤੁਹਾਨੂੰ ਜ਼ਿਆਦਾ ਲੱਕ ਪੀੜ ਹੈ ਇਹਨਾਂ ਪੁਆਇੰਟਸ ਉੱਤੇ ਵੀ ਤੁਹਾਨੂੰ ਜ਼ਿਆਦਾ ਦਰਦ ਹੀ ਹੋਵੇਗੀ ਪਰ ਇਹਨਾਂ ਪੁਆਇੰਟਸ ਉੱਤੇ ਜ਼ਿਆਦਾ ਜ਼ੋਰ ਦੀ ਫਿਰ ਨਾ ਕੁੱਟੋ ਹੌਲੀ 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 ਸਹਿੰਦਾ ਸਹਿੰਦਾ ਜਿੰਨਾ ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਹਿ ਸਕਦੇ ਹੋ ਉਸ ਸਮੇਂ ਇਹਨਾਂ ਪੁਆਇੰਟਸ ਨੂੰ ਕੁੱਟੋ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਹੀ ਕਾਫੀ ਜ਼ਿਆਦਾ ਫਰਕ ਮਹਿਸੂਸ ਹੋਵੇਗਾ ਅਗਲੀ ਗੱਲ ਆਉਂਦੀ ਹੈ ਅਲੈਗਜ਼ੈਂਡਰ ਟੈਕਨੀਕਸ ਦੀ ਜਾਂ ਤੁਹਾਡੇ ਪੋਸਚਰ ਸੁਧਾਰਨ ਦੀ ਜਾਂ ਫਿਰ ਜਦੋਂ ਤੁਸੀਂ ਕੰਮ ਕਰਦੇ ਹੋ ਉਹਨਾਂ ਨੂੰ ਕੰਮ ਕਰਨ ਦੇ ਹੋਰ ਤਰੀਕਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉੱਥੇ ਵੀ ਤੁਸੀਂ ਕੁਝ ਬਦਲਾਅ ਨੂੰ ਕਰਕੇ ਆਪਣੀ ਲੱਕ ਪੀੜ ਵਿੱਚ ਹੈਲਪ ਆਪਣੇ ਆਪ ਦੀ ਕਰ ਸਕਦੇ ਹੋ ਜਿਵੇਂ ਕਿ ਜਦੋਂ ਤੁਸੀਂ ਕੁਝ ਸਮਾਨ ਨੂੰ ਚੁੱਕਦੇ ਹੋ ਤਾਂ ਉਦੋਂ ਤੁਸੀਂ ਕਿਸ ਤਰ੍ਹਾਂ ਚੁੱਕਣਾ ਹੈ ਜਾਂ ਕਿਵੇਂ ਉਸ ਸਮਾਨ ਨੂੰ ਚੁੱਕਣਾ ਹੈ ਜਾਂ ਤੁਸੀਂ ਬੱਚੇ ਨੂੰ ਚੁੱਕਦੇ ਹੋ ਕਿਵੇਂ ਕਰਨਾ ਹੈ ਤੁਸੀਂ ਜਦੋਂ ਖੜੇ ਹੋ ਕੇ ਕੰਮ ਕਰ ਰਹੇ ਹੋ ਉਦੋਂ ਤੁਸੀਂ ਸਟ੍ਰੇਟ ਕਿਵੇਂ ਖੜੇ ਹੋਣਾ ਹੈ ਤੁਸੀਂ ਜਦੋਂ ਸੌਂਦੇ ਹੋ ਤੁਹਾਡਾ ਪੋਸਚਰ ਸਹੀ ਹੋਣਾ ਚਾਹੀਦਾ ਹੈ ਬਹਿਣ ਦੇ ਵੇਲੇ ਤੁਹਾਨੂੰ ਲੇਟਣਾ ਨਹੀਂ ਹੈ ਜਾਂ ਤੁਹਾਨੂੰ ਬਹੁਤਾ ਜ਼ਿਆਦਾ ਗੱਦੀਆਂ ਦਾ ਸਹਾਰਾ ਨਹੀਂ ਲੈਣਾ ਹੈ ਇਹਨਾਂ ਕੁਝ ਨਿੱਕੀਆਂ ਗੱਲਾਂ ਦਾ ਧਿਆਨ ਰੱਖ ਕੇ ਵੀ ਤੁਸੀਂ ਆਪਣੇ ਲੱਕ ਪੀੜ ਤੋਂ ਆਪਣੇ ਆਪ ਨੂੰ ਦੂਰ ਰੱਖ ਸਕਦੇ ਹੋ ਇਸ ਤੋਂ ਇਲਾਵਾ ਕੁਝ ਇਹਨਾਂ ਦੇ ਨੈਚੁਰਲ ਸਪਲੀਮੈਂਟਸ ਹੁੰਦੇ ਹਨ ਜਿਵੇਂ ਕਿ ਫਿਸ਼ ਆਇਲ ਹੋ ਗਿਆ ਹਲਦੀ ਹੋ ਗਿਆ ਅਨਾਨਾਸ ਹੋ ਗਿਆ ਇਹਨਾਂ ਦੀ ਵੀ ਜੇ ਤੁਸੀਂ ਰੈਗੂਲਰਲੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕਮਰ ਦਰਦ ਵਿੱਚ ਕਾਫੀ ਸਹਾਇਤਾ ਮਿਲਦੀ ਹੈ ਤੇ ਲਾਸਟ ਵਿੱਚ ਗੱਲ ਕਰਦੇ ਹਾਂ ਮੈਡੀਟੇਸ਼ਨ ਦੀ ਹੁਣ ਮੈਡੀਟੇਸ਼ਨ ਤੇ ਯੋਗਾ ਵਿੱਚ ਕਾਫੀ ਫਰਕ ਹੁੰਦਾ ਹੈ ਮੈਡੀਟੇਸ਼ਨ ਵਿੱਚ ਤੁਸੀਂ ਆਪਣੇ ਸਰੀਰ ਨੂੰ ਸ਼ਾਂਤ ਕਰ ਰਹੇ ਹੁੰਦੇ ਹੋ ਹੁਣ ਇੱਥੇ ਸੋਚਿਆ ਜਾਵੇ ਕਿ ਸ਼ਾਂਤੀ ਜਾਂ ਸਰੀਰ ਦੀ ਸ਼ਾਂਤੀ ਨਾਲ ਸਾਡੇ ਕਮਰ ਦਰਦ ਦਾ ਕੀ ਲੈਣਾ ਦੇਣਾ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਈ ਵਾਰੀ ਅਸੀਂ ਮਾਨਸਿਕ ਤੌਰ ਤੇ ਇੰਨਾ ਦੱਬਿਆ ਹੋਇਆ ਮਹਿਸੂਸ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਇੰਨਾ ਭਾਰ ਮਹਿਸੂਸ ਹੋ ਰਿਹਾ ਹੁੰਦਾ ਹੈ ਕਿ ਸਾਨੂੰ ਐਕਚੁਅਲ ਸਾਡੀ ਫਿਜ਼ੀਕਲ ਬਾਡੀ ਉੱਤੇ ਲੱਗਣ ਲੱਗ ਜਾਂਦਾ ਹੈ ਸੋ ਜੇ ਅਸੀਂ ਮੈਡੀਟੇਟ ਕਰਦੇ ਹਾਂ ਪੋਜ਼ਿਟਿਵ ਰਹਿੰਦੇ ਹਾਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਵਧੀਆ ਗੱਲਾਂ ਸੋਚਣ ਦੀ ਅਤੇ ਆਪਣੀ ਬਾਡੀ ਨੂੰ ਜਿੰਨਾ ਹੋ ਸਕੇ ਉਨਾ ਕੀ ਸਕਾਰਾਤਮਕ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੀ ਸਰੀਰ ਜਿਹੜਾ ਹੈ ਸਾਨੂੰ ਬਹੁਤ ਪੋਜ਼ਿਟਿਵਲੀ ਅੱਗਿਓਂ ਰਿਸਪੋਂਡ ਵੀ ਕਰਦਾ ਹੈ ਤੇ ਇਹ ਸਿਰਫ ਤੇ ਸਿਰਫ ਇਮੋਸ਼ਨਲੀ ਜਾਂ ਮੈਂਟਲੀ ਨਹੀਂ ਹੁੰਦਾ ਇਹ ਫਿਜ਼ੀਕਲੀ ਵੀ ਸਾਨੂੰ ਬਹੁਤ ਚੰਗੇ ਤਰੀਕੇ ਨਾਲ ਰਿਸਪੋਂਡ ਕਰਦਾ ਹੈ ਤਾਂ ਜੇ ਤੁਸੀਂ ਸਵੇਰੇ ਸੁਹਾਵਣੇ ਜਿਹੇ ਮੌਸਮ ਦੇ ਵਿੱਚ 10 ਤੋਂ 20 ਮਿੰਟ ਲਾ ਕੇ ਮੈਡੀਟੇਸ਼ਨ ਕਰਦੇ ਹੋ ਤਾਂ ਇਹ ਬਹੁਤ ਹੀ ਪੋਜ਼ਿਟਿਵ ਅਤੇ ਬਹੁਤ ਹੀ ਪਾਵਰਫੁਲ ਐਕਸਪੀਰੀਅੰਸ ਰਹੇਗਾ ਤੁਹਾਡੇ ਲਈ ਸੋ ਇਹ ਸੀ ਅੱਜ ਦੀ ਵੀਡੀਓ ਮੈਨੂੰ ਉਮੀਦ ਹੈ ਕਿ ਕੁਦਰਤੀ ਤਰੀਕਿਆਂ ਨੂੰ ਤੁਸੀਂ ਅਪਣਾਵੋਗੇ ਅਤੇ ਆਪਣੇ ਕਮਰ ਦਰਦ ਨੂੰ ਆਪਣੇ ਤੋਂ ਬਿਲਕੁਲ ਦੂਰ
मेरे चैनल में सब्सक्राइब करना ਦਾ ਬਿਲਕੁਲ ਨਾ ਭੁੱਲਿਓ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਕਿਸੇ ਹੋਰ ਦੀ ਹੈਲਪ ਵੀ ਕਰ ਸਕਦੀ ਹੈ ਤੇ ਇਹਨੂੰ ਸ਼ੇਅਰ ਵੀ ਜ਼ਰੂਰ ਕਰਿਓ ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ